ਬੀਐਸਐਫ ਦੇ ਜਵਾਨ ਤੇਜ ਬਹਾਦਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਤੇਜ ਬਹਾਦਰ ਨੇ ਬੀਐਸਐਫ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਘਟੀਆ ਖਾਣੇ ਦਾ ਖੁਲਾਸਾ ਕੀਤਾ ਸੀ। ਤੇਜ ਬਹਾਦਰ ਨੇ ਇੱਕ ਵੀਡੀਓ ਜ਼ਰੀਏ ਬੀਐਸਐਫ ਜਵਾਨਾਂ ਨੂੰ ਘਟੀਆ ਭੋਜਨ ਦਿੱਤੇ ਜਾਣ ਦਾ ਇਲਜ਼ਾਮ ਲਗਾਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਦੇ ਲਈ ਗਈ ਹੁਣ ਪਰ ਜਾਂਚ ਵਿੱਚ ਤੇਜ ਬਹਾਦਰ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਸਾਹਮਣੇ ਆਉਣ ਤੇ ਤੇਜ ਬਹਾਦਰ ਨੂੰ ਐਲਓਸੀ ਤੋਂ ਸ਼ਿਫਟ ਕਰਕੇ ਪਲੰਬਰ ਦਾ ਕੰਮ ਸੌਂਪ ਦਿੱਤਾ ਗਿਆ ਸੀ। ਹੁਣ ਜਾਂਚ ਤੋਂ ਬਾਅਦ ਤੇਜ ਬਹਾਦਰ ਨੂੰ ਇਹ ਕਹਿੰਦਿਆਂ ਬਰਖਾਸਤ ਕੀਤਾ ਗਿਆ ਹੈ ਕਿ ਤੇਜ ਬਹਾਦਰ ਨੇ ਬੀਐਸਐਫ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਬੀਐਸਐਫ ਦੇ ਇਸ ਫੈਸਲੇ ਤੋਂ ਨਿਰਾਸ਼ ਤੇਜ ਬਹਾਦਰ ਨੇ ਹੁਣ ਹਾਈਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕਰ ਲਿਆ ਹੈ। ਦੱਸ ਦਈਏ ਕਿ ਤੇਜ ਬਹਾਦਰ ਆਪਣੀ 20 ਸਾਲ ਦੀ ਡਿਊਟੀ ਦਰਮਿਆਨ ਪੱਛਮੀ ਬੰਗਾਲ, ਮਣੀਪੁਰ, ਅਸਮ, ਤ੍ਰਿਪੁਰਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ।